ਵਾਂ ਅਤੇ ਆਈ ਜਾਂਦੀ ਹੈ ਗਰਮੀ ਬਾਈ ਜੀ ਨੂੰ, ਬਾਕੀ ਅਸੀਂ ਬੰਨਣ ਜਾਣਾ ਲੱਕੜੀਆਂ। ਓ ਆਪਣੇ ਸ਼ੋਅ ਵੈਲਕਮ ਮਾਈ ਨਿਊ ਬਲੌਗ, ਅਤੇ ਅਸੀਂ ਮੰਨਿਆ ਬੰਦੇ ਪਰ ਸਾਡੇ ਕਾਕੇ ਦੀ ਮੇਰੇ ਮੁੰਡੇ ਦੀ, ਅਤੇ ਆਏ ਇੱਧਰਲੇ ਘਰੇ ਕਹਿਣੀ ਬੂਆ, ਅਤੇ ਇੱਧਰ ਸਾਡੇ ਕਾਕੇ ਦੀ ਕੰਮਣੀ ਸਮੇਤ ਨਿੰਮ ਬੰਦੀ ਵਧੀਆ ਠੀਕ ਹੈ ਲੈ ਕੇ ਪਿਓ ਬੰਦੀ ਉਮਰ ਚ ਭਰਾ ਬਣੀ ਉਹਨੇ ਅੱਧੇ ਸਾਹ ਰਹਿ, ਬਸ ਕਰ ਬਸ ਕਰ ਬਹੁਤ ਆ ਵਾਧੂ ਅੱਧੇ ਸਾਹ ਹੀ ਰਹਿ ਜਾਂਦੇ ਇਹਨੂੰ ਫਲਾਉਣ ਚ ਪੂਆ ਕਰੇ ਖਮਣੀ ਨਿੰਮ ਬੰਨਣ ਆਏ ਅਤੇ ਉਹ ਸਾਡਾ ਕੋਟਾ ਵਿਚਾਰਾ ਕੰਨ 'ਤੇ ਬਾਹਰ ਰੱਖਿਆ ਅਤੇ ਬਾਕੀ ਦਾ ਜਾਣਾ ਬੰਦੀ ਠੀਕ ਹੈ ਨਹੀਂ ਮਾਣੋ ਅਤੇ ਆਈ ਜਾਂਦੀ ਹੈ ਗਰਮੀ ਬਾਈ ਜੀ ਨੂੰ, ਬਾਕੀ ਹਜੇ ਬੰਨਣ ਜਾਣਾ ਲੱਕੜੀਆਂ ਆਹ ਸਾਡੇ ਤਿੰਨ ਬੱਕਰੇ ਵੀ ਹੈ ਅਤੇ ਮੁੰਡੇ ਮੁੰਡਾ ਤਾਂ ਤਿੰਨੇ ਬੱਕਰੇ ਇੱਕੇ ਦਿਨ ਦੀ ਹੈ, ਇੱਕੇ ਦਿਨ ਜਨਮ ਹੋਇਆ ਓ ਕਿਆ ਬੂਆ ਨੂੰ ਮੁੜ ਕੇ ਪਿਆ ਨਾ ਲੈ ਆ ਵਿਚਾਰੀ ਜਾ ਕੇ ਠੰਡਾ ਗਰਮੀ ਚ ਠੰਡ ਲੈ ਗਈ ਆ ਕਾਂਜਾ ਲੱਗਿਆ ਅੱਖ ਦੇ ਲਾ ਦੂਆ ਵਾਲ ਜਾ ਅੱਖ ਚ ਬੈਜੂ ਨਹੀਂ ਤਾਂ ਤੇ ਆ ਸਾਡੀ ਗਾਚੀ ਕੋਟਾ ਆਹ ਸਾਡੇ ਛੋਟੇ ਦੇ ਫਰੈਂਡ ਵੇਖ ਹੈ ਦੋ ਮਿੰਟ ਵੇਖ ਵੇਖ ਆ ਇੱਧਰ ਹੁਣ ਇੱਧਰ ਆਏ ਨੇ ਬੰਨਣ ਇੱਧਰ ਪੱਖਾ ਚੱਲੀ ਜਾਂਦਾ ਕਿਤੇ ਫਰ ਸਾਨੂੰ ਦਿਸਦੇ ਨੇ ਅਜੇ ਤੱਕ ਤਾਂ ਸਾਨੂੰ ਦਿਸਦੇ ਕਿਸੇ ਦੇ ਫਰ ਹਵਾ ਬਹੁਤ ਆ ਫਰ ਇਹਦੇ ਸਾਨੂੰ ਦਿਸਦੇ ਨੀ ਫਰ ਦੇਖਦੇ ਤਾਂ ਹੈ ਨੀ ਹਨਾ ਹਾਂ ਇੱਧਰ ਪਤਾ ਲੱਗਦਾ ਪੱਖੇ ਦੇ ਫਰ ਹੈਗੇ ਉਹ ਫਰ ਹੈ ਨੀ ਗੇ ਆਹ ਬੇਬੇ ਆ ਗਈ ਹੈ ਨਾ ਬੇਬੇ ਸੁਣਾ ਬੇਬੇ ਫਿਰ ਅੱਜ ਫਿਰ ਬੋਲੀ ਕੋਈ ਚੱਲ ਕੋਈ ਨੀ ਮੇਨ ਗੇਟ ਤੇ ਮੇਨ ਗੇਟ ਕਿਤੇ ਬੰਨਾ ਕਿੱਥੇ ਬੰਨਾ ਮੇਨ ਗੇਟ ਤੇ ਦੋ ਲੈ ਕੇ ਬੰਦ ਫਿਰ ਇੱਥੇ ਬੰਦ ਚੱਕੋ ਇੱਧਰ ਬੰਦ ਆ ਕਿੰਨੇ ਹੋਰ ਆਹ ਆ ਗਈ ਡੋਲੀ ਬਹੁਤ ਪੈੜੀ ਇਹਦੀ ਉਮਰੀ ਵਿਚਾਰੀ ਦੀ ਵਾਹ ਵਾਹ ਹੋ ਗਈ ਬਜ਼ੁਰਗ ਹੋ ਗਈ ਮੇਰੇ ਹਿਸਾਬ ਨਾਲ ਤਾਂ ਬੇਬੇ ਤੇਰੀ ਗੱਲ ਨਹੀਂ ਕਰਦਾ ਮੈਂ ਆਪਣੀ ਡੋਲੀ ਦੀ ਗੱਲ ਕਰਦਾ ਤੂੰ ਤਾਂ ਬੇਬੇ ਬਜ਼ੁਰਗ ਹੋ ਹੀ ਗਈ ਦਿਸਗੀ ਆ ਲੱਗੇ ਪਏ ਇੱਧਰ ਓਹੋ ਪਹਿਲਾਂ ਬਾਅਦ ਸੀ ਅਸੀਂ ਖੜਕਾ ਖੜਕਾ ਕਮਲੇ ਹੋ ਗਏ ਵੱਜ ਗਏ ਨਿੰਮ ਇੱਧਰ ਵੀ ਉਹ ਸੁੱਤਾ ਪਿਆ ਸੀ ਨਾ ਹੋ ਜਾ ਸ਼ੁਰੂ ਦੂਰ ਯਾਰ ਕਮਾਲ ਹੋ ਗਈ ਯਾਰ ਆ ਸਾਡੀ ਗਾਚੀ ਓਏ ਸਟਾਈਲ ਦੂਰ ਯਾਰ ਕਰ ਇੱਕ ਕਰ ਤਦ ਆਇਆ